ਕਿੰਨੇ ਫੈਸਲਾ ਲਿਆ ਕਿ ਸਾਰੇ ਗੁਰੂ ਸਾਹਿਬਾਨ ਦਾ, ਸਾਰਾ ਪੰਜਾਬ ਦਾ ਇਤਿਹਾਸ, ਸਾਰਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ, ਇਹ ਖਤਮ ਕਰਨ ਦੇ ਆਦੇਸ਼ ਕਿੰਨੇ ਦਿੱਤੇ ਆ? ਇੱਕ ਤਾਂ ਉਹਦੀ ਜ਼ਿੰਮੇਵਾਰੀ ਫਿਕਸ ਕਰੋ, ਇੱਕ ਮੈਂ ਉਹਨੂੰ ਕਿਹਾ ਕਿ ਇਸ ਕਿਤਾਬ ਨੂੰ ਤੁਰੰਤ ਛਪਾਈ ਵੀ ਰੋਕੋ, ਸਰਕੂਲੇਸ਼ਨ ਵੀ ਰੋਕੋ, ਔਰ ਤੀਜਾ ਹੈ ਕਿ ਜ਼ਿੰਮੇਵਾਰੀ ਫਿਕਸ ਕਰੋ ਅਤੇ ਸਜ਼ਾ ਦਿਓ ਕਿ ਜਿਹਨੇ ਇਹ ਕੀਤਾ, ਔਰ ਅੱਗੇ ਤੋਂ ਤੈਅ ਕਰੋ ਕਿ ਆਪਣੀ ਮਨ ਹੁਣ ਇਹਨਾਂ ਦੇ ਸਿੱਖਿਆ ਮੰਤਰੀ ਜਿਹੜੇ ਆਪ ਦਸਵੀਂ ਪਾਸੇ ਗੁਰੂ ਇਤਿਹਾਸ ਨੂੰ ਖਤਮ ਕਰ ਸਕਦੇ ਨੇ, ਦਰਬਾਰ ਸਾਹਿਬ ਦੇ ਸੁੰਦਰੀਕਰਨ ਨੂੰ ਠੱਪ ਕਰਕੇ ਉੱਥੇ ਗੰਦਗੀ ਫੈਲਾ ਸਕਦੇ ਨੇ, ਅਤੇ ਇਹ ਗੁਰੂ ਵੀ ਦੇਖ ਰਹੇ ਨੇ ਅਤੇ ਜਨਤਾ ਵੀ ਦੇਖ ਰਹੀ। ਮੈਂ ਕਹਿੰਦਾ ਕਿ ਇਹ ਨਾਸਤਿਕ ਹੈ। ਤੁਸੀਂ ਇਹਨਾਂ ਨੂੰ ਦੇਖਿਆ ਕਿ ਆਹ ਤਾਂ ਤੁਸੀਂ ਵਿਸਾਖੀ ਦੀ ਛੁੱਟੀ ਬੰਦ ਕਰਤੀ ਸੀ ਇਹਨਾਂ ਨੇ, ਤੁਸੀਂ ਵਿਸਾਖੀ ਦੀ ਛੁੱਟੀ ਇਹਨਾਂ ਨੇ ਬੰਦ ਕਰਤੀ, ਜੋ ਰੌਲਾ ਪਾਇਆ ਫਿਰ ਵਿਸਾਖੀ ਦੀ ਛੁੱਟੀ ਇਹਨਾਂ ਨੇ ਸ਼ੁਰੂ ਕੀਤੀ। ਇੱਕ ਗੰਭੀਰ ਸਾਜਿਸ਼ ਦਾ ਹਿੱਸਾ ਪੰਜਾਬ ਦੀ ਹਿਸਟਰੀ ਗੋਰੇ ਇਤਿਹਾਸ ਅਤੇ ਸਿੱਖ ਇਤਿਹਾਸ ਤੋਂ ਬਿਨਾਂ। ਮੈਨੂੰ ਜਿਹੜੇ ਤਿੰਨ ਚਾਰ ਦਿਨ ਹੋਏ ਨੇ, ਚਾਰ ਜ਼ਿਲ੍ਹੇ ਨੂੰ, ਜੇ ਕੋਈ ਉਹਦੀ ਛੇੜਛਾੜ ਹੋਈ ਆ ਤਾਂ ਕੋਈ ਨਹੀਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂ। ਬੜਾ ਅਮੀਰ ਸਾਡਾ ਇਤਿਹਾਸ ਹੈ ਵਿਰਸਾ, ਤੋਂ ਇਸ ਨੂੰ ਅਸੀਂ ਇੱਧਰ ਉੱਧਰ ਨਹੀਂ ਹੋਣ ਦਿਆਂਗੇ। ਮੈਂ ਤੁਹਾਨੂੰ ਦੱਸਿਆ ਸਾਰਾ ਠੀਕ ਕਰਾਂ।